ਅੱਜ ਜਿਹੜੀ ਕਹਾਣੀ ਸੁਣਾਉਣ ਜਾ ਰਿਹਾ ਹਾਂ ਉਸ ਦਾ ਵਿਸ਼ਾ ਹੈ ਬਾਪੂ ਪਿਓ ਅਤੇ ਸਾਡਾ ਅਸਲੀ ਯਾਰ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਕਹਾਣੀ ਵਧੀਆ ਲੱਗੂ ਪਰ ਬੇਨਤੀ ਹੈ ਕਿ ਵੀਡੀਓ ਨੂੰ ਵੇਚਣਾ ਛੱਡਿਓ ਜਾਂ ਤਾਂ ਦੇਖੋ ਹੀ ਨਾ ਜਾਂ ਪੂਰੀ ਦੇਖੋ ਕਿਉਂਕਿ ਵੀਡੀਓ ਬਿਲਕੁਲ ਛੋਟੀ ਹੈ ਇਸ ਦਾ ਅਸਰ ਬਹੁਤ ਡੂੰਘਾ ਹੈ ਜਿਆਦੀਆਂ ਗੱਲਾਂ ਨਹੀਂ ਕਰਦਾ ਸਿੱਧਾ ਪੁਆਇੰਟ ਤੇ ਆਉਣਾ ਸਿੱਧਾ ਕਹਾਣੀ ਤੇ ਆਉਣਾ ਕਿ ਇੱਕ ਪਿਓ ਆਪਣੇ ਬੱਚੇ ਲਈ ਕੀ ਕੁਝ ਕਰਦਾ ਇੱਕ ਪਿਤਾ ਆਪਣੇ ਬੱਚੇ ਨੂੰ ਬਾਜ਼ਾਰ ਲੈ ਕੇ ਜਾਂਦਾ ਕਿ ਅੱਜ ਮੈਂ ਆਪਣੇ ਪੁੱਤਰ ਨੂੰ ਬੂਟ ਦਿਵਾਉਣੇ ਆ ਰਸਤੇ 'ਚ ਜਾ ਰਹੇ ਹੁੰਦੇ ਨੇ ਤੇ ਬੱਚਾ ਭੱਜਿਆ ਭੱਜਿਆ ਜਾਂਦਾ ਕਿ ਡੈਡੀ ਬੂਟ ਦਿਵਾ ਰਹੇ ਨੇ ਜਦੋਂ ਉਸ ਦੁਕਾਨ ਤੇ ਜਾਂਦੇ ਨੇ ਤੇ ਬੱਚੇ ਦਾ ਪੈਰ ਸਲਿੱਪ ਕਰ ਜਾਂਦਾ ਉਹਦਾ ਸਿਰ ਜਿਹੜਾ ਉਹ ਲੈਂਪ 'ਚ ਟਕਰਾਂਦਾ ਟਕਰਾਂਦਾ ਉੱਥੇ ਡਿੱਗ ਪੈਂਦਾ ਉਹਦੇ ਖੂਨ ਵਗਣ ਲੱਗ ਜਾਂਦਾ ਤੇ ਪਿਤਾ ਫਟਾਫਟ ਉਹਨੂੰ ਚੱਕ ਕੇ ਹਸਪੀਟਲ ਲੈ ਕੇ ਜਾਂਦਾ ਜਦੋਂ ਹਸਪੀਟਲ ਜਾਂਦੇ ਨੇ ਡਾਕਟਰ ਸਾਹਿਬ ਦੇਖਦੇ ਨੇ ਕਿ ਉਸ ਦੇ ਪਿਤਾ ਨੂੰ ਕਹਿੰਦੇ ਨੇ ਕਿ ਤੁਹਾਡੇ ਬੱਚੇ ਦੇ ਪੰਜ ਟਾਂਕੇ ਲੱਗਣੇ ਨੇ ਸਿਰ 'ਚ ਤੇ ਪਿਤਾ ਫਟਾਫਟ ਕਹਿੰਦਾ ਕਿ ਤੁਸੀਂ ਹਾਂ ਮੇਰਾ ਬੱਚਾ ਠੀਕ ਹੋਣਾ ਚਾਹੀਦਾ ਤੁਸੀਂ ਟਾਂਕੇ ਲਗਾਓ ਇਹਨੂੰ ਠੀਕ ਕਰੋ ਬੱਚਾ ਘਬਰਾਇਆ ਹੁੰਦਾ ਪਰ ਪਿਤਾ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਟਾਂਕੇ ਲਾਓ ਜਦੋਂ ਉਹਦਾ ਆਪਰੇਸ਼ਨ ਜਦੋਂ ਉਹਨੂੰ ਟਾਂਕੇ ਲੱਗਣੇ ਸ਼ੁਰੂ ਹੁੰਦੇ ਨੇ ਹਾਲੇ ਡਾਕਟਰ ਸਾਹਿਬ ਨੇ ਸ਼ੁਰੂ ਕਰਨੇ ਹੁੰਦੇ ਨੇ ਤੇ ਉਸ ਦੇ ਪਿਤਾ ਨੂੰ ਕਹਿੰਦੇ ਨੇ ਕਿ ਤੁਸੀਂ ਬਾਹਰ ਜਾਓ ਤੋੜੇ ਤੋਂ ਦੇਖਿਆ ਨਹੀਂ ਜਾਣਾ ਕਿਉਂਕਿ ਇਹ ਰੋਊਗਾ ਵੀ ਇਹ ਚੀਕੂਗਾ ਵੀ ਬੇਸ਼ੱਕ ਇਹਨੂੰ ਅਸੀਂ ਮੈਡੀਸਨ ਦਿੱਤੀ ਹੈ ਪਰ ਫਿਰ ਵੀ ਇਹਨੂੰ ਦਰਦ ਹੋਊਗਾ ਇਹਨੂੰ ਪੇਨ ਹੋਊਗਾ ਤੇ ਪਿਤਾ ਨੇ ਝਟ ਜਵਾਬ ਦਿੱਤਾ ਨਹੀਂ ਮੈਂ ਇਸ ਦਾ ਪਿਓ ਆ ਮੈਂ ਇਸ ਦਾ ਪਿਤਾ ਮੈਂ ਸਟਰੋਂਗ ਆ ਤੁਸੀਂ ਲਾਓ ਟਾਂਕੇ ਮੇਰੇ ਸਾਹਮਣੇ ਲਾਓ ਉਹਨਾਂ ਨੇ ਕਾਫੀ ਵਾਰ ਸਮਝਾਇਆ ਪਰ ਪਿਤਾ ਨੇ ਇਹ ਗੱਲ ਕਹੀ ਕਿ ਨਹੀਂ ਮੈਂ ਸਟਰੋਂਗ ਆ ਮੈਂ ਫਾਦਰ ਆ ਜਦੋਂ ਉਹਨਾਂ ਨੇ ਸ਼ੁਰੂ ਕੀਤੇ ਟਾਂਕੇ ਲਾਉਣੇ ਤੇ ਪੁੱਤਰ ਦੇ ਮੂੰਹ ਵਿੱਚੋਂ ਨਿਕਲਿਆ ਹਾਏ ਅੱਬਾ ਹਾਈ ਡੈਡੀ ਹਾਈ ਪਾਪਾ ਪਿਓ ਨੇ ਸੁਣਿਆ ਹਾਈ ਡੈਡੀ ਤੇ ਪਿਓ ਡਿੱਗ ਗਿਆ ਜਦੋਂ ਪਿਓ ਡਿੱਗ ਗਿਆ ਤੇ ਇੱਕ ਮੰਝੇ ਤੇ ਇੱਕ ਬੈੱਡ ਤੇ ਉਸ ਪੁੱਤਰ ਦੇ ਟਾਂਕੇ ਲੱਗ ਰਹੇ ਨੇ ਤੇ ਪਿਤਾ ਬਿਉਸ਼ ਹੋ ਕੇ ਡਿੱਗਿਆ ਪਿਆ ਉਹਨੂੰ ਨਾਲ ਦੇ ਬੈੱਡ ਉੱਤੇ ਪਾਤਾ ਜਦੋਂ ਟਾਂਕੇ ਲੱਗੇ ਥੋੜੀ ਦੇਰ ਬਾਅਦ ਪਿਤਾ ਨੂੰ ਹੋਸ਼ ਆਈ ਜਦੋਂ ਉੱਠਿਆ ਤੇ ਹੈਰਾਨ ਹੋ ਗਿਆ ਇੰਨਾ ਪਿਆਰ ਇਨਾ ਦਰਦ ਕਿ ਜੇ ਪਿਓ ਇਜ਼ਹਾਰ ਨਹੀਂ ਨਾ ਕਰਦਾ ਉਹਨੂੰ ਏਡੀ ਵੱਡੀ ਸਜ਼ਾ ਨਾ ਦਓ ਜੇ ਪਿਓ ਇਜ਼ਹਾਰ ਨਹੀਂ ਨਾ ਕਰਦਾ ਕਿ ਪੁੱਤਰ ਆ ਮੇਰੀ ਗੋਦੀ ਚ ਬੈਠ ਮੈਂ ਤੈਨੂੰ ਪਿਆਰ ਕਰਦਾ ਹਾਂ ਮਾਂ ਆਪਣੇ ਬੱਚੇ ਨੂੰ ਕਹਿੰਦੀ ਆ ਮੇਰਾ ਪੁੱਤਰ ਆ ਸੋਹਣਾ ਪੁੱਤਰ ਆ ਬੱਚੇ ਨੂੰ ਸਾਰੀ ਉਮਰ ਇਦਾਂ ਲੱਗਦਾ ਕਿ ਮੇਰੀ ਮਾਂ ਜਨਮ ਦਿੱਤਾ ਬਹੁਤ ਪਿਆਰ ਕਰਦੀ ਹੈ ਮਾਂ ਦੀ ਰਿਸਪੈਕਟ ਮਾਂ ਦਾ ਦੇਣ ਕੋਈ ਨਹੀਂ ਦੇ ਸਕਦਾ ਪਰ ਪਿਤਾ ਨੂੰ ਘਟਨਾ ਸਮਝੋ ਪਿਤਾ ਵੀ ਬਹੁਤ ਕੁਝ ਕਰਦਾ ਸਾਡੇ ਕਾਲਜਾਂ ਦੀਆਂ ਫੀਸਾਂ ਸਕੂਲਾਂ ਦੀਆਂ ਫੀਸਾਂ ਇੱਕ ਪਿਤਾ ਹੀ ਹੈ ਜਿਹੜਾ ਆਪਣੇ ਪੁੱਤ ਦੀ ਤਰੱਕੀ ਤੇ ਖੁਸ਼ ਹੁੰਦਾ ਹੈ ਬਾਕੀ ਕੋਈ ਖੁਸ਼ ਨਹੀਂ ਹੁੰਦਾ ਸੋ ਉਮੀਦ ਕਰਦੇ ਹਾਂ ਬਾਪੂ ਦੀ ਇਹ ਗੱਲ ਕਹਾਣੀ ਸਾਡੇ ਸਭ ਤੇ ਅਸਰ ਕਰੇ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰੋ ਔਰ ਦੱਸੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਬਹੁਤ ਬਹੁਤ ਧੰਨਵਾਦ ਬਹੁਤ ਜਲਦੀ ਅਗਲੀ ਵੀਡੀਓ ਨਾਲ ਮਿਲਦਾ ਜੀ